हेलो एंड वेलकम, सत श्री अकाल जी। मैं हाँ हरजोत कौर, तुहाड़ा सारिआं दा स्वागत है जी तुहाड़े अपने मनपसंद इमीग्रेशन शो उडारी विदेशां नूं। जी हाँ, ते जिवें कि साडे कोल स्टूडेंट्स हर वारी अपने सवाल भेजदे ने, असीं तुहाड़े सवालां दे जवाब लै के आने इक माहिर सलाह दे नाल। ते अज वी तुसीं जिवें देख पा रहे हो, अज दा शो साडा खास है क्योंकि असीं अज डायरैक्ट आस्ट्रेलिया तों साडे माहिर साडे नाल जुड़े हुए ने। ते पहलां मैं तुहाडी इंट्रोडक्शन करवाउणा चाहांगी जो साडे नाल जुड़े ने, साडे नाल लाइन ते ने जी ओम ग्लोबल तों वीजा एक्सपर्ट मिस्टर सुमित खन्ना जी। बहुत बहुत स्वागत है सर, सत श्री अकाल। ਸਤਿ ਸ਼੍ਰੀ ਅਕਾਲ ਜੀ ਅਚੋਤੀ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। जी सर, देखो आप जो भी गल करते हैं स्टडी वीजा की, तो सब तो पहला सवाल चाहे कैनेडा नू लेके आते, लेकिन अज के टाइम विच ऑस्ट्रेलिया नू लेके स्टूडेंट्स दे विच बहुत सारे सवाल ने। चाहे असी कह दिए कि ऑस्ट्रेलिया थोड़ा स्ट्रिक्ट हुंदा जा रहा है, उहदे पिछे की रीजनस ने, या आप कमिंग इनटेक्स की गल कर लीए, या फ्रैश प्रोफाइल्स की गल कर लीए, ओवरऑल अगर आप ऑस्ट्रेलिया नू आंदे समय विच वेख रहे हो तो की कहना चाहोगे उस नू लेके स्टूडेंट्स नू? हाँ जी हरजोत जी, एक बारी थोड़ा जिहा बैकग्राउंड कवर कर लीए तो मैं थोड़ा अपने बारे दसदा। मेरा नाम सुमित खन्ना है, मैं ऑस्ट्रेलिया दे विच एक रजिस्टर्ड माइग्रेशन एजेंट है, जिहड़ा कि माइग्रेशन एजेंट्स रजिस्ट्रेशन अथॉरिटी दे नाल रजिस्टर्ड है। एक माइग्रेशन लॉ करन तो बाद तुसी रजिस्टर्ड माइग्रेशन एजेंट बनते हो। साडा काम सिर्फ स्टूडेंट वीजाज नहीं, सारे वीजाज ओवरऑल PR TR पार्टनर पेरेंट्स इवन के बिजनेस वीजाज नूं भी देखना हैगा, जिहड़े कि आपां मेलबर्न ते एडिलेड ऑफिस तों ऑस्ट्रेलिया तों रन करदे हां। स्टूडेंट जी वीजा जी की गल करिए, ऑस्ट्रेलिया दे विच 34 बिलियन डॉलर की इंडस्ट्री है स्टूडेंट वीजा की। जे आप 2019 की गल करिए, उदे तो जी बाद जी जी 2021 दे विच तुसी देखिया होना, बिकॉज ऑफ कोविड काफ़ी डरा सीगा ऑस्ट्रेलिया दे विच। इवन के मेलबर्न दे विच कुछ स्ट्रिक्टेस्ट लॉकडाउन लगे सी, जिदे करके इंटरनेशनल बिल्कुल स्टूडेंट ट्रैवल नहीं कर पाए। इवन के वो जी स्टूडेंट जी जिहड़े स्टूडेंट वीजा होल्डर सीगे, वो भी नहीं ट्रैवल कर पाए। हुण ਉਹਨਾਂ ਦਾ ਜਿਹੜਾ ਸਟੂਡੈਂਟਸ ਦਾ ਜਮਾਵੜਾ ਸੀਗਾ, ਜਿਨ੍ਹਾਂ ਕੋ ਵੀਜ਼ਾਸ ਲੱਗੇ ਹੋਏ ਸੀਗੇ, ਉਹ ਸਾਰੇ ਜਦੋਂ ਟਰੈਵਲ ਕੀਤੇ ਆਸਟ੍ਰੇਲੀਆ ਦੇ ਵਿੱਚ, ਤਾਂ ਉਹਨਾਂ ਵਿੱਚੋਂ ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਪਾਏ ਗਏ ਜਿਹੜੇ ਕਿ ਫਰੋਡਲੈਂਟ ਡਾਕੂਮੈਂਟਸ ਦੇ ਨਾਲ ਆਏ ਸੀ ਜਾਂ ਹੋਰ ਗਲਤ ਕਾਗਜ਼ ਬਿਲਕੁਲ ਪੱਤਰ। ਇਹਦੀ ਜੀ 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 ਜਦੋਂ ਐਮਬੈਸੀ ਨੂੰ ਲੱਗੀ ਜਾਂ ਯੂਨੀਵਰਸਿਟੀਜ਼ ਦੇ ਥਰੂ ਐਮਬੈਸੀ ਨੂੰ ਪਤਾ ਲੱਗੀ, ਐਮਬੈਸੀ ਨੇ ਆਪਣੀ ਪ੍ਰੋਸੈਸਿੰਗ ਸਲੋ ਕਰਕੇ ਕੱਲੀ ਕੱਲੀ ਫਾਈਲ A to Z ਸਾਰੀ ਚੈੱਕ ਕਰਨੀ ਸ਼ੁਰੂ। ਈਵਨ ਕਿ ਜਿਨ੍ਹਾਂ ਕੋਲ ਵੀਜ਼ਾ ਗ੍ਰਾਂਟਸ ਵੀ ਸੀਗੇ, ਉਹਨਾਂ ਦੀ ਵੀ ਮੁੜ ਦੁਬਾਰ ਤੋਂ ਜਾ ਕੇ ਫਾਈਲਸ ਚੈੱਕ ਹੋਈਆਂ, ਫਾਈਨੈਂਸ਼ੀਅਲਸ ਚੈੱਕ ਹੋਏ, ਬੈਂਕਸ ਦੇ ਵਿੱਚ ਜਾ ਕੇ ਚੀਜ਼ਾਂ ਚੈੱਕ ਹੋਈਆਂ। ਇਹ ਸਭ ਤੋਂ ਵੱਡਾ ਰੀਜ਼ਨ ਹੈ ਕਿ ਆਸਟ੍ਰੇਲੀਅਨ ਐਮਬੈਸੀ ਨੇ ਉਹ ਥੋੜ੍ਹਾ ਪ੍ਰੋਸੈਸ ਸਲੋ ਕਰਤਾ। ਬਟ ਇਨ ਟਰਮਸ ਆਫ ਸਟੂਡੈਂਟ ਵੀਜ਼ਾ ਲੈ ਕੇ ਚੱਲੀਏ, ਇੰਡੀਆ ਹਜੇ ਵੀ ਉਸ ਕਤਾਰ 'ਚ ਸਭ ਤੋਂ ਅੱਗੇ ਹੈ ਸਟੂਡੈਂਟ ਵੀਜ਼ਾ ਨੂੰ ਲੈ ਕੇ। ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ, ਕਿਉਂਕਿ ਕਿਤੇ ਨਾ ਕਿਤੇ ਗਲਤੀਆਂ ਕੁਝ ਅਜਿਹੇ ਸਟੂਡੈਂਟਸ ਜਾਂ ਅਸੀਂ ਕੁਝ ਏਜੰਟਸ ਹੈ ਜੇ ਕਹਿ ਸਕਦੇ ਹਾਂ, ਜੋ ਆਪਣੇ ਫਾਇਦੇ ਲਈ ਸਟੂਡੈਂਟਸ ਦੀ ਪ੍ਰੋਫਾਈਲ ਦੇ ਨਾਲ ਖੇਡ ਜਾਂਦੇ ਨੇ, ਫੇਕ ਡਾਕੂਮੈਂਟਸ ਲਗਵਾ ਜਾਂਦੇ ਨੇ। ਸੋ ਇਸੇ ਕਰਕੇ ਆਪਣੇ ਦਰਸ਼ਕਾਂ ਨੂੰ ਅਸੀਂ ਹਮੇਸ਼ਾ ਇਹੀ ਗੱਲ ਕਹਿੰਦੇ ਹਾਂ ਕਿ ਕਦੇ ਵੀ ਫੇਕ ਡਾਕੂਮੈਂਟਸ ਦੇ ਚੱਕਰ ਵਿੱਚ ਨਾ ਪਿਆ ਕਰੋ, ਜੈਨੂਇਨ ਵੇ ਦੇ ਨਾਲ ਹੀ ਅਪਲਾਈ ਕਰਿਆ ਕਰੋ। ਬਾਕੀ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਤੁਸੀਂ ਇਸ ਉੱਪਰ ਕਾਲ ਕਰਕੇ ਓਮ ਗਲੋਬਲ ਦੀ ਟੀਮ ਦੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਤਾਂ ਅੰਦਾਜ਼ੀਏ ਕਿ ਜਲੰਧਰ, ਅੰਮ੍ਰਿਤਸਰ, ਬਠਿੰਡਾ ਤੇ ਚੰਡੀਗੜ੍ਹ ਵਿੱਚ ਓਮ ਗਲੋਬਲ ਦੇ ਆਫਿਸ ਨੇ, ਇਸ ਦੇ ਨਾਲ ਹੀ ਆਸਟ੍ਰੇਲੀਆ ਔਰ ਕੈਨੇਡਾ ਵਿੱਚ ਵੀ ਆਫਿਸ ਨੇ। ਤੇ ਸੁਮਿਤ ਸਰ ਸਾਡੇ ਨਾਲ ਇਸ ਸਮੇਂ ਆਸਟ੍ਰੇਲੀਆ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ ਲਾਈਨ ਤੇ, ਤਾਂ ਕਿ ਸਟੂਡੈਂਟਸ ਨਾਲ ਉਹਨਾਂ ਦੀਆਂ ਅਸੀਂ ਜੋ ਪ੍ਰੋਬਲਮਸ ਨੇ ਉਹਨਾਂ ਦੀ ਵੀ ਗੱਲਬਾਤ ਕਰ ਸਕੀਏ। ਸਰ ਜਦੋਂ ਆਪਾਂ ਗੱਲ ਕਰਦੇ ਹਾਂ, ਸਟੂਡੈਂਟ ਇੱਕ ਵਾਰੀ ਉੱਥੇ ਪਹੁੰਚ ਜਾਂਦਾ ਹੈ, ਆਸਟ੍ਰੇਲੀਆ ਪਹੁੰਚਦਾ ਹੈ, ਤਾਂ ਇੱਕ ਵਾਕਈ ਬੜਾ ਪਲੱਸ ਪੁਆਇੰਟ ਹੁੰਦਾ ਹੈ ਕਿ ਜਿਸ ਕੰਸਲਟੈਂਟ ਦੇ ਥਰੂ ਉਹਨਾਂ ਨੇ ਆਪਣੀ ਫਾਈਲ ਲਗਾਈ, ਸਟੱਡੀ ਵੀਜ਼ਾ ਆਇਆ, ਤਾਂ ਉੱਥੇ ਵੀ ਉਹਨਾਂ ਦਾ ਆਫਿਸ ਹੋਵੇ। ਜਿਵੇਂ ਆਸਟ੍ਰੇਲੀਆ ਵਿੱਚ ਤੁਹਾਡਾ ਆਫਿਸ ਹੈ, ਤਾਂ ਕਿਸ ਤਰੀਕੇ ਨਾਲ ਓਮ ਗਲੋਬਲ ਟੀਮ ਵੱਲੋਂ ਕਿਸ ਸੋਚ ਦੇ ਨਾਲ ਚੱਲਿਆ ਜਾਂਦਾ ਹੈ, ਤਾਂ ਕਿ ਸਟੂਡੈਂਟਸ ਨੂੰ ਕਿਤੇ ਵੀ ਕੋਈ ਮੁਸ਼ਕਿਲ ਆਵੇ ਤਾਂ ਓਮ ਗਲੋਬਲ ਨਾਲ ਹੀ ਖੜਿਆ? ਦੇਖੋ ਅਗੇਨ, ਜੇ ਆਪਾਂ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ ਫਰੇਮਵਰਕ ਦੀ ਗੱਲ ਕਰੀਏ, ਇਹ ਇੱਕ ਟੂ ਸਟੈਪ ਪ੍ਰੋਸੈਸ ਦੇ ਵਿੱਚ ਚੱਲਦਾ ਹੈ। ਫਰਸਟ ਏਮ, ਜਿਹੜੇ ਐਪਲੀਕੈਂਟਸ ਇੰਡੀਆ ਤੋਂ ਆਉਂਦੇ ਜਾਂ ਕਿਸੇ ਵੀ ਕੰਟਰੀ ਤੋਂ ਆਉਂਦੇ ਆ, ਉਹਨਾਂ ਦਾ ਮੋਟਿਵ ਹੁੰਦਾ ਕਿ ਸਟੂਡੈਂਟ ਵੀਜ਼ਾ ਲੈ ਕੇ ਆਸਟ੍ਰੇਲੀਆ ਪਹੁੰਚਣਾ। ਜਦੋਂ ਤੁਸੀਂ ਇੱਕ ਜੀ ਵਾਰੀ ਸਟੂਡੈਂਟ ਵੀਜ਼ਾ ਲੈ ਕੇ ਆਸਟ੍ਰੇਲੀਆ ਆ ਜਾਂਦੇ ਹੋ, ਤੁਹਾਡਾ ਮੋਟਿਵ ਬਣ ਜਾਂਦਾ ਹੈ PR ਦੇਖਣਾ, ਉਹ ਕੋਰਸ ਦੇਖਣਾ ਜਿਹਦੇ 'ਚ ਪਰਮਨੈਂਟ ਰੈਜ਼ੀਡੈਂਸੀ ਹੋਵੇ, ਉਹ ਕੋਰਸ ਦੇਖਣਾ ਜਿਹਦੇ ਵਿੱਚ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਹੋਵੇ। ਐਂਡ ਆਫ ਦਾ ਡੇ, ਜੇ ਇਨਵੈਸਟਮੈਂਟ ਕਰਕੇ ਆਸਟ੍ਰੇਲੀਆ ਆਨੇ ਹੋ, ਤੁਹਾਡਾ ਕੋਰਸ ਕੀ ਉਹ PR ਲਿਸਟ ਦੇ ਵਿੱਚ ਹੈ, ਕੀ ਉਹ ਹਾਈਲੀ ਇਨ ਡਿਮਾਂਡ ਸਕਿੱਲ ਹੈਗਾ, ਕੀ ਤੁਸੀਂ ਆਪਣੀ ਜੀ ਫੀਲਡ ਵਿੱਚ ਕੰਮ ਕਰਦੇ ਹੋ, ਜੇ ਕਰਦੇ ਹੋ ਉਸ ਫੀਲਡ ਦੇ ਵਿੱਚ ਤੁਹਾਡਾ ਪੇ ਸਟਰਕਚਰ ਕੀ ਹੈ, ਕੀ ਉਹ ਜੀ ਜੀ ਕੋਰਸ 2 ਸਾਲ ਦਾ ਕੋਰਸ ਜਿਹਦੇ ਤੇ ਤੁਸੀਂ $50,000 ਤੱਕ ਦੀ ਇਨਵੈਸਟਮੈਂਟ ਕਰਦੇ ਹੋ, ਉਹ ਅੱਗੇ ਜਾ ਕੇ ਤੁਹਾਡੇ ਪਰਮਨੈਂਟ ਪਾਥਵੇ ਦੇ ਰਸਤੇ ਖੋਲਦਾ ਹੈ ਕਿ ਨਹੀਂ ਖੋਲਦਾ। ਇਸ ਤੋਂ ਇਲਾਵਾ ਜੋ ਬਿਲਕੁਲ ਸਟੂਡੈਂਟ ਨਵਾਂ ਆਉਂਦਾ ਹੈ, ਬਹੁਤ ਵਾਰ ਇਹ ਹੁੰਦਾ ਹੈ ਏਜੰਟਸ ਤੋਂ ਉਹਨਾਂ ਨੂੰ ਆਪਣੇ ਡਾਕੂਮੈਂਟਸ ਨਹੀਂ ਮਿਲਦੇ, ਕਿਉਂਕਿ ਉਹਨਾਂ ਨੂੰ ਕੋਈ ਆਈਡੀਆ ਨਹੀਂ ਹੁੰਦਾ ਕਿਹੜੇ ਡਾਕੂਮੈਂਟਸ ਲੱਗੇ। ਫਿਰ ਜੀ ਜੀ ਆਸਟ੍ਰੇਲੀਆ ਆ ਕੇ ਆਪਣੀ ਅਕੋਮੋਡੇਸ਼ਨ ਦੇਖਣੀ, ਆਪਣਾ ਕੰਮ ਦੇਖਣਾ,
ਓਮ ਗਲੋਬਲ ਦੀ ਟੀਮ ਆਸਟ੍ਰੇਲੀਆ ਦੇ ਵਿੱਚ ਮੈਲਬਨ ਦੇ ਵਿੱਚ ਜੇ ਆਪਾਂ ਖਾਸ ਕਰ ਗੱਲ ਕਰੀਏ ਪਿਛਲੇ 12 ਸਾਲਾਂ ਤੋਂ ਹੈ ਤੇ ਇਹਨਾਂ ਸਟੂਡੈਂਟਸ ਨੂੰ ਆਪਾਂ ਹੈਲਪ ਕਰਦੇ ਹਾਂ, ਨਾ ਕਿ ਠੀਕ ਹੈ ਸਟੂਡੈਂਟ ਇੰਡੀਆ ਤੋਂ ਇੱਥੇ ਪਹੁੰਚ ਕੇ ਉਹਨਾਂ ਦਾ ਕੋਰਸ ਚੇਂਜ, TR, ਪੇਰੈਂਟਸ ਦਾ ਵੀਜ਼ਾ, ਉਹਨਾਂ ਦੇ ਸਿਬਲਿੰਗਸ ਦਾ ਟੂਰਿਸਟ ਵੀਜ਼ਾ, ਤੇ ਅੱਗੇ ਜਾ ਕੇ ਜਦੋਂ ਵਿਆਹ ਕਰਾਉਂਦੇ ਪਾਰਟਨਰ ਵੀਜ਼ਾ, ਸਪਾਊਸ ਵੀਜ਼ਾ, ਤੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਰਵਿਸਿਜ਼ ਇਹਨਾਂ ਸਟੂਡੈਂਟਸ ਨੂੰ ਇੱਥੇ ਆ ਕੇ ਮਿਲਦੀ। ਜੀ, ਬਿਲਕੁਲ, ਵਾਕਈ ਇੱਕ ਬਹੁਤ ਹੀ ਪੋਜ਼ਿਟਿਵ ਪੁਆਇੰਟ ਅਸੀਂ ਮੰਨ ਸਕਦੇ ਹਾਂ। ਪੇਰੈਂਟਸ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਜ਼ਰੂਰ ਹੁੰਦਾ ਹੈ ਕਿ ਜਿਸ ਕੰਪਨੀ ਥਰੂ ਅਸੀਂ ਆਪਣੇ ਬੱਚੇ ਨੂੰ ਵਿਦੇਸ਼ ਭੇਜ ਰਹੇ ਹਾਂ, ਉਹ ਬਾਹਰ ਜਾਣ ਤੋਂ ਜਦੋਂ ਵਿਦੇਸ਼ ਪਹੁੰਚ ਜਾਂਦਾ ਬੱਚਾ, ਉੱਥੇ ਵੀ ਉਸਦੀ ਸਾਰ ਲੈਣ ਵਾਲਾ ਕੋਈ ਹੋਵੇ। ਤੇ ਵਾਕਈ ਓਮ ਗਲੋਬਲ ਵੱਲੋਂ ਜੋ ਲਗਾਤਾਰ ਸਟੂਡੈਂਟਸ ਦੇ ਹਿੱਤ ਦੇ ਲਈ ਕਈ ਕਦਮ ਚੱਕੇ ਜਾ ਰਹੇ ਨੇ, ਸੋ ਆਸਟ੍ਰੇਲੀਆ ਔਰ ਕੈਨੇਡਾ ਵਿੱਚ ਵੀ ਆਫਿਸਿਸ ਨੇ। ਤੇ ਨਾਲ ਦੀ ਨਾਲ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਓਮ ਗਲੋਬਲ ਵੱਲੋਂ 9, 10 ਅਤੇ 11 ਮਈ ਨੂੰ ਜੋ ਹੈ ਸੈਮੀਨਾਰ ਖਾਸ ਤੌਰ ਤੇ ਕਰਵਾਇਆ ਜਾ ਰਿਹਾ ਹੈ। 9 ਮਈ ਨੂੰ ਅੰਮ੍ਰਿਤਸਰ, 10 ਮਈ ਨੂੰ ਜਲੰਧਰ ਅਤੇ 11 ਮਈ ਨੂੰ ਚੰਡੀਗੜ੍ਹ ਵਿੱਚ ਸੈਮੀਨਾਰ ਹੋਣ ਜਾ ਰਿਹਾ ਹੈ। ਤੇ ਸਰ, ਇਸ ਦੇ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਇਹ ਸੈਮੀਨਾਰ ਦੇ ਵਿੱਚ ਕੀ ਖਾਸ ਰਹਿਣ ਵਾਲਾ ਹੈ, ਕੌਣ ਕੌਣ ਇੱਥੇ ਪਹੁੰਚ ਰਿਹਾ ਹੈ, ਤਾਂ ਕਿ ਸਟੂਡੈਂਟਸ ਜਿਹੜੇ ਵੀ ਸਾਡਾ ਸ਼ੋਅ ਵੇਖ ਰਹੇ ਨੇ ਉਹ ਸਾਰੀ ਜਾਣਕਾਰੀ ਸਮਝ ਸਕਣ ਤੇ ਇਸ ਸੈਮੀਨਾਰ ਦਾ ਹਿੱਸਾ ਬਣ ਸਕਣ। ਹਾਂਜੀ, ਦੇਖੋ ਇਹ ਸੈਮੀਨਾਰ ਦਾ ਸਭ ਤੋਂ ਵੱਡਾ ਮੇਨ ਰੀਜ਼ਨ ਇਹ ਹੈ ਸਟੂਡੈਂਟ ਵੀਜ਼ਾ ਨੂੰ ਲੈ ਕੇ। ਰੀਜ਼ਨ ਸਟੂਡੈਂਟ ਵੀਜ਼ਾ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਪੰਜਾਬ ਦੀ ਜਾਂ ਹਰਿਆਣੇ ਦੀ ਨਵੀਂ ਜਨਰੇਸ਼ਨ ਹੈ, 12th ਪਾਸ ਆਊਟ ਹੋਣ ਤੋਂ ਬਾਅਦ ਜਾਂ ਬੈਚਲਰਸ ਕਰਨ ਤੋਂ ਬਾਅਦ ਆਸਟ੍ਰੇਲੀਆ ਨੂੰ ਆਪਣੀ ਹਾਇਰ ਐਜੂਕੇਸ਼ਨ ਲਈ ਪਹਿਲੀ ਪ੍ਰੈਫਰੈਂਸ ਮੰਗਦੀ ਹੈ। ਆਸਟ੍ਰੇਲੀਆ ਅੱਜ ਤੋਂ ਬਹੁਤ ਸਾਲਾਂ ਤੋਂ ਪਹਿਲੀ ਪ੍ਰੈਫਰੈਂਸ ਰਿਹਾ। ਉਹਦਾ ਸਭ ਤੋਂ ਵੱਡਾ ਰੀਜ਼ਨ ਆਸਟ੍ਰੇਲੀਆ ਦਾ ਪੂਰੇ ਵਰਲਡ ਦੇ ਵਿੱਚ ਇਹੋ ਜਿਹੀ ਜਗ੍ਹਾ ਤੇ ਸਿਚੁਏਟਡ ਹੋਣਾ ਜਿੱਥੇ ਆਲਮੋਸਟ ਸਾਰੀ ਰਿਸੋਰਸਿਸ ਫੈਸਿਲਿਟੀਜ਼ ਹੈ, ਪਲੱਸ ਪੇ ਸਟਰਕਚਰ ਬਹੁਤ ਜ਼ਿਆਦਾ ਐਜ਼ ਕੰਪੇਅਰ ਟੂ ਬਾਕੀ ਕੰਟਰੀਜ਼। ਸਟੂਡੈਂਟ ਲੈ ਕੇ ਇੱਕ ਮਿਥ ਹੈ ਆਪਣੇ ਪੰਜਾਬ ਦੇ ਵਿੱਚ ਕਿ ਸਟੂਡੈਂਟ ਵੀਜ਼ਾ ਆਸਟ੍ਰੇਲੀਆ ਦਾ ਨਹੀਂ ਆਉਂਦਾ। ਠੀਕ ਹੈ, ਜੇ ਤੁਸੀਂ ਬਿਲਕੁਲ 2021 ਪਾਸ ਆਊਟ ਹੋ, ਜਾਂ ਬਹੁਤ ਵਾਰ ਇੱਕ ਵਿਆਹੇ ਕਪਲ ਨੂੰ ਇਹ ਕਹਿ ਕੇ ਆਸਟ੍ਰੇਲੀਆ ਭੇਜਿਆ ਜਾਂਦਾ, ਇੱਕ ਸਿੰਗਲ ਐਪਲੀਕੈਂਟ ਬਣਾ ਕੇ ਆਸਟ੍ਰੇਲੀਆ ਭੇਜਿਆ ਜਾਂਦਾ ਕਿ ਸਪਾਊਸ ਦਾ ਵੀਜ਼ਾ ਨਹੀਂ ਆਉਂਦਾ। ਉਹ ਜਦੋਂ ਇੱਥੇ ਆਉਂਦੇ ਫਿਰ ਸਟਰਗਲ ਕਰਦੇ ਆਪਣੇ ਡਿਪੈਂਡੈਂਟ ਨੂੰ, ਆਪਣੇ ਸਪਾਊਸ ਨੂੰ ਇੱਥੇ ਲਿਆਉਣ ਲਈ। ਜਾਂ ਇੱਕ ਜੀ ਮਿਥ ਜੀ ਕਿ ਤੁਹਾਡਾ GTE ਕ੍ਰਾਈਟੀਰੀਆ ਮੀਟ ਨਹੀਂ ਹੁੰਦਾ, ਤੁਹਾਨੂੰ ਯੂਨੀਵਰਸਿਟੀ ਨੇ ਨਹੀਂ ਕਲੀਅਰ ਕੀਤਾ, ਤੁਸੀਂ ਟ੍ਰੇਡ ਕੋਰਸ ਦੇ ਵਿੱਚ ਜਾਓ ਜਾਂ ਤੁਸੀਂ ਇੱਕ ਵੈਟ ਲੈਵਲ ਦੇ ਕੋਰਸ ਦੇ ਵਿੱਚ ਜਾਓ। ਬਹੁਤ ਜੀ ਸਾਰੀਆਂ ਜੀ ਜਿਹੜੀਆਂ ਮੈਂ ਰੋਜ਼ ਸੁਣਨਾ ਵੱਖ ਵੱਖ ਨਿਊਜ਼ ਚੈਨਲ ਦੇ ਥਰੂ ਜਾਂ ਏਜੰਟਸ ਦੇ ਥਰੂ ਇਹ ਮਾਰਕੀਟ ਦੇ ਵਿੱਚ ਆਉਂਦੀ ਹੈ, ਬਟ ਸਟੂਡੈਂਟਸ ਨੂੰ ਜਾਂ ਐਪਲੀਕੈਂਟਸ ਨੂੰ ਜਾਂ ਉਹਨਾਂ ਦੇ ਮਾਪਿਆਂ ਨੂੰ ਇਹ ਕਲੈਰਿਟੀ ਨਹੀਂ ਹੈਗੀ ਕਿ ਸਟੂਡੈਂਟ ਵੀਜ਼ਾ ਚੱਲਦਾ ਕਿੱਦਾਂ ਆਸਟ੍ਰੇਲੀਆ ਦਾ। ਜਿੱਦਾਂ ਕਿ ਆਪਾਂ ਬਿਲਕੁਲ ਸ਼ੋਅ ਜੀ ਮੈਂਸ਼ਨ ਕੀਤਾ ਕਿ ਆਸਟ੍ਰੇਲੀਆ ਸਟ੍ਰਿਕਟ ਹੋਇਆ, ਆਸਟ੍ਰੇਲੀਆ ਸਟ੍ਰਿਕਟ ਨਹੀਂ ਹੋਇਆ, ਆਸਟ੍ਰੇਲੀਆ ਦਾ ਕ੍ਰਾਈਟੀਰੀਆ ਸਟੂਡੈਂਟ ਵੀਜ਼ਾ ਦਾ ਹਮੇਸ਼ਾ ਹੀ ਉਹ ਰਿਹਾ, ਬਟ ਸੇਮ ਆਸਟ੍ਰੇਲੀਆ ਬਿਲਕੁਲ ਸਟੂਡੈਂਟ ਚਾਹੁੰਦਾ, ਆਸਟ੍ਰੇਲੀਆ ਚਾਹੁੰਦਾ ਹੈ ਕਿ ਐਕਚੁਅਲ ਜੋ ਤੁਹਾਡੇ ਡਾਕੂਮੈਂਟ ਹੋਣ, ਤੁਹਾਡੇ ਫਾਈਨੈਂਸ਼ੀਅਲਸ ਹੋਣ, ਹਰ ਇੱਕ ਸਟੂਡੈਂਟ ਦਾ ਕਿਸੇ ਨਾ ਕਿਸੇ ਇਨਟੇਕ ਲਈ ਜਾਂ ਕਿਸੇ ਨਾ ਕਿਸੇ ਯੂਨੀਵਰਸਿਟੀ ਜਾਂ ਕਿਸੇ ਨਾ ਕਿਸੇ ਕੋਰਸ ਲਈ ਕ੍ਰਾਈਟੀਰੀਆ ਮੀਟ ਹੁੰਦਾ ਹੈ, ਇਹ ਸਟੂਡੈਂਟਸ ਲਈ ਤੇ ਉਹਨਾਂ ਦੇ ਮਾਪਿਆਂ ਲਈ ਸਮਝਣਾ ਬਹੁਤ ਇੰਪੋਰਟੈਂਟ ਹੈ। ਤੇ ਇਸੇ ਕਰਕੇ ਜੀ ਸਾਡੀ ਨਾ ਕਿ ਸਿਰਫ ਇੰਡੀਆ ਦੀ ਟੀਮ, ਸਾਡੇ ਮੈਲਬਨ ਤੇ ਐਡੀਲੇਡ ਤੋਂ ਗਲੋਬਲ ਦੀ ਟੀਮ ਵੀ ਨਾਲ ਸਾਡੇ ਆ ਰਹੀ ਹੈ। ਜੀ 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 ਬਿਲਕੁਲ, ਇੱਕ ਬਹੁਤ ਹੀ ਸਹੀ ਪੁਆਇੰਟ ਤੁਸੀਂ ਗੱਲ ਕੀਤੀ ਹੈ, ਜੋ ਕਿ ਦਰਸ਼ਕਾਂ ਨੂੰ, ਸਟੂਡੈਂਟਸ ਨੂੰ, ਪੇਰੈਂਟਸ ਨੂੰ, ਸਭ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਬਹੁਤ ਜਲਦੀ ਕਹਿ ਦਿੰਦੇ ਹਾਂ ਕਿ ਕੋਈ ਵੀ ਕੰਟਰੀ ਸਟ੍ਰਿਕਟ ਹੋ ਗਈ ਹੈ, ਐਕਚੁਅਲ ਉਹਦੇ ਪਿੱਛੇ ਰੀਜ਼ਨ ਅਸੀਂ ਖੁਦ ਹੀ ਹੁੰਦੇ ਹਾਂ। ਸਾਨੂੰ ਹੁੰਦਾ ਕਿ ਫੇਕ ਡਾਕੂਮੈਂਟਸ ਲਗਾ ਕੇ ਜਿਵੇਂ ਮਰਜ਼ੀ ਸਾਡੀ ਪ੍ਰੋਫਾਈਲ ਸ਼ਾਇਦ ਐਲੀਜੀਬਲ ਹੋ ਜਾਏਗੀ ਔਰ ਅਸੀਂ ਜੋ ਹੈ ਸਟੱਡੀ ਵੀਜ਼ਾ ਲਗਵਾ ਕੇ ਪਹੁੰਚ ਜਾਵਾਂਗੇ। ਸੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸ਼ੋਅ ਦੇ ਵਿੱਚ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਟੂਡੈਂਟਸ ਜੋ ਹੈ ਇਹਨਾਂ ਚੀਜ਼ਾਂ ਤੋਂ ਬਿਲਕੁਲ ਜੋ ਹੈ ਧਿਆਨ ਰੱਖਿਆ ਕਰੋ। ਫੇਕ ਡਾਕੂਮੈਂਟਸ ਲਗਾਉਣ ਦੇ ਨਾਲ ਤੁਹਾਡੀ ਪ੍ਰੋਫਾਈਲ ਸਟਰੋਂਗ ਨਹੀਂ ਹੋਏਗੀ, ਬਲਕਿ ਰਿਫਿਊਜ਼ਲ ਦੇ ਚਾਂਸਸ ਵੱਧ ਜਾਂਦੇ ਨੇ। ਸੋ ਜੈਨੂਇਨ ਕੰਸਲਟੈਂਟ ਦੀ ਸਲਾਹ ਦੇ ਨਾਲ ਹੀ, ਜੈਨੂਇਨ ਡਾਕੂਮੈਂਟਸ ਦੇ ਨਾਲ ਅੱਗੇ ਵਧਿਆ ਕਰੋ। ਸਰ, ਹੋਰ ਅੱਗੇ ਇੱਥੇ ਜਾਣਦੇ ਓਮ ਗਲੋਬਲ ਬਾਰੇ ਮੈਂ ਹੋਰ ਜਾਣਨਾ ਚਾਹੂੰਗੀ, ਜਿਵੇਂ ਤੁਸੀਂ ਕਿਹਾ ਕਿ ਸਟੱਡੀ ਵੀਜ਼ਾ ਦੇ ਨਾਲ ਨਾਲ ਪੇਰੈਂਟਸ ਦਾ, ਸਪਾਊਸ ਦਾ ਵੀਜ਼ਾ ਵੀ ਤੁਸੀਂ ਤੁਹਾਡੀ ਕੰਪਨੀ ਵੱਲੋਂ ਡੀਲ ਕੀਤਾ ਜਾਂਦਾ, ਹੋਰ ਵੀ ਕਿਹੜੀ ਕਿਹੜੀ ਸਰਵਿਸਿਜ਼ ਨੇ ਜਿਸ ਦੇ ਉੱਪਰ ਕੰਮ ਕਰਦੀ ਹੈ ਓਮ ਗਲੋਬਲ ਦੀ ਟੀਮ, ਤਾਂ ਕਿ ਸਾਰੇ ਦਰਸ਼ਕ ਪੂਰਾ ਡਿਟੇਲ ਵਿੱਚ ਜਾਣ ਸਕਣ। ਜੀ ਦੇਖੋ, ਸਟੂਡੈਂਟ ਵੀਜ਼ਾ ਮੈਂ ਇਸ ਲਈ ਕਵਰ ਕੀਤਾ ਕਿ ਜ਼ਿਆਦਾਤਰ ਸਾਡੀ ਜੀ ਯੰਗ ਜਨਰੇਸ਼ਨ ਹੈ ਸਟੂਡੈਂਟ ਵੀਜ਼ਾ ਦੇ ਥਰੂ ਆਉਂਦੀ ਹੈ। ਇੱਥੇ ਆਉਣ ਤੋਂ ਬਾਅਦ ਇੱਕ ਸਕਿਲਡ ਮਾਈਗ੍ਰੇਸ਼ਨ ਦਾ ਪਾਥਵੇ ਖੁੱਲਦਾ ਹੈ। ਸਕਿਲਡ ਕਹੀਏ ਤੇ ਅਲੱਗ ਅਲੱਗ ਸਟੱਡੀਜ਼ ਜਿਹੜੀ ਉਹਨਾਂ ਨੇ ਕੀਤੀ, ਮੰਨ ਲਓ ਜਿਹੜਾ ਇੱਥੇ ਆ ਕੇ ਕਾਰਪੈਂਟਰੀ ਕਰ ਦੋ, ਇੱਕ ਕਾਰਪੈਂਟਰ ਬਣ ਕੇ ਇੱਕ ਸਕਿਲਡ ਮਾਈਗ੍ਰੇਸ਼ਨ ਪਾਥਵੇ ਦੇ ਥਰੂ ਆਪਣੀ PR ਲੈਂਦਾ। ਸੇਮ ਵਿਦ IT ਪ੍ਰੋਫੈਸ਼ਨਲ ਜਾਂ ਨਰਸਿਸ ਜਾਂ ਇਹਨਾਂ ਸਾਰੇ ਪ੍ਰੋਫੈਸ਼ਨਲਸ ਲਈ। ਹੁਣ ਬਹੁਤ ਇੱਕ ਹੋਰ ਮਿਥ ਆਸਟ੍ਰੇਲੀਆ ਦੇ ਵਿੱਚ ਜਾਂ ਕਹਿ ਲਓ ਇੰਡੀਆ ਦੇ ਵਿੱਚ ਚੱਲਦੀ ਹੈ ਕਿ ਜੇ ਤੁਸੀਂ ਇੱਥੇ ਸਟੂਡੈਂਟ ਹੋ, ਤੁਹਾਡੇ ਪੇਰੈਂਟਸ ਨਹੀਂ ਇੱਥੇ ਆ ਸਕਦੇ, ਪੇਰੈਂਟਸ ਨੂੰ ਵਿਜ਼ਿਟਰ ਵੀਜ਼ਾ ਤੇ ਬੁਲਾ ਸਕਦੇ ਹੋ, ਆਪਣੇ ਸਿਬਲਿੰਗਸ ਨੂੰ ਤੁਸੀਂ ਵਿਜ਼ਿਟਰ ਵੀਜ਼ਾ ਤੇ ਬੁਲਾ ਸਕਦੇ ਹੋ ਜੇ ਉਹ ਪੜ੍ਹਾਈ ਕਰਨ ਨਹੀਂ ਆਉਣਾ ਚਾਹੁੰਦੇ, ਤੁਹਾਨੂੰ ਮਿਲਣ ਆਉਣਾ ਚਾਹੁੰਦੇ।
ਇਹਦੇ ਤੋਂ ਇਲਾਵਾ ਸਪਾਊਸ ਨੂੰ, ਜੇ ਤੁਹਾਡੀ ਮੈਰਿਜ ਹੋਈ ਹੈ, ਕੋਈ ਇਹੋ ਜਿਹੀ ਰਿਕੁਆਇਰਮੈਂਟ ਨਹੀਂ ਹੈ ਕਿ ਮੈਰਿਜ 3 ਮਹੀਨੇ ਜਾਂ 6 ਮਹੀਨੇ ਪੁਰਾਣੀ ਹੋਣੀ ਚਾਹੀਦੀ, ਕੋਈ ਇਦਾਂ ਦੀ ਜੀ ਰਿਕੁਆਇਰਮੈਂਟ। ਐਸ ਲੌਂਗ ਐਸ ਯੂ ਆਰ ਮੈਰਿਡ ਤੇ ਤੁਸੀਂ ਉਹ ਪ੍ਰੂਵ ਕਰਦੇ ਹੋ ਥਰੂ ਅ ਮੈਰਿਜ ਸਰਟੀਫਿਕੇਟ ਜਾਂ ਡੀ ਫੈਕਟੋ ਰਿਲੇਸ਼ਨਸ਼ਿਪ ਦੇ ਥਰੂ ਵੀ ਤੁਸੀਂ ਜੀ ਸਪਾਊਸ ਵੀਜ਼ਾ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਜੀ ਜੀ ਪੇਰੈਂਟ ਪਰਮਾਨੈਂਟ ਪਾਥਵੇ ਵੀਜ਼ਾਸ ਬਣਦੇ ਆ, ਜਾਂ ਪਾਰਟਨਰ ਵੀਜ਼ਾਸ ਕਹਿ ਲਓ, ਜੇ ਤੁਹਾਡਾ ਸਪਾਊਸ ਹਸਬੈਂਡ ਜਾਂ ਵਾਈਫ ਇੱਥੇ ਪੱਕਾ ਹੈ ਤਾਂ ਤੁਸੀਂ ਪੱਕੇ ਤੌਰ ਤੇ ਆਉਣਾ ਚਾਹੁੰਦੇ ਹੋ। ਬਹੁਤ ਜੀ ਜੀ ਸਾਰੇ ਵੀਜ਼ਾਸ ਨੇ, ਜੇ ਆਪਾਂ ਕਹਿ ਲਈਏ ਕਿ 400 ਤੋਂ ਉੱਤੇ ਵੀਜ਼ਾਸ ਨੇ ਜਿਹੜੇ ਆਸਟ੍ਰੇਲੀਅਨ ਮਾਈਗ੍ਰੇਸ਼ਨ ਲਾਅ ਦੇ ਵਿੱਚ ਨੇ, ਤੇ ਨਾ ਸਾਰੇ ਵੀਜ਼ਾਸ ਲਈ ਓਮ ਗਲੋਬਲ ਦੀ ਜਿਹੜੀ ਆਸਟ੍ਰੇਲੀਆ ਦੀ ਟੀਮ ਇਹਨਾਂ ਸਾਰੇ ਵੀਜ਼ਾ 'ਚ ਮਾਹਿਰ ਹੈ, ਤੇ ਕਿਉਂਕਿ ਸਟੂਡੈਂਟ ਜਦੋਂ ਇੱਥੇ ਆਉਂਦਾ ਇਹਨਾਂ ਲਈ ਅਲੱਗ ਪਾਥਵੇਜ਼ ਲੱਭ ਕੇ ਇਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਵਾਈ ਜਾਂਦੀ। ਜੀ 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 ਬਿਲਕੁਲ ਸਹੀ ਗੱਲ ਹੈ ਕਿ ਕੋਈ ਵੀ ਟੀਮ ਜਦੋਂ ਪੂਰਾ ਰਿਸਰਚ ਵਰਕ ਕਰਦੀ ਹੈ ਉਸ ਤੋਂ ਬਾਅਦ ਹੀ ਇਹਨੀ ਆਪਸ਼ਨਸ ਦਾ ਪਤਾ ਲੱਗ ਪਾਉਂਦਾ, ਤੇ ਜ਼ਿਆਦਾਤਰ ਸਟੂਡੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੀ ਕਿਹੜੀ ਆਪਸ਼ਨਸ ਹੋਰ ਵੀ ਨੇ। ਸੋ ਹਰ ਇੱਕ ਕੋਈ ਚਾਹੁੰਦਾ ਕਿ ਚਾਹੇ ਇਲੀਗਲ ਵੇ ਦੇ ਨਾਲ ਅਸੀਂ ਚਲੇ ਜਾਈਏ, ਬਸ ਸਾਨੂੰ ਵਿਦੇਸ਼ ਪਹੁੰਚਾ ਦਿੱਤਾ ਜਾਵੇ। ਸੋ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ, ਜਿਵੇਂ ਕਿ ਹੁਣੇ ਸੁਮਿਤ ਸਰ ਨੇ ਦੱਸਿਆ ਕਿ ਬਹੁਤ ਸਾਰੇ ਆਪਸ਼ਨਸ ਨੇ ਵੀਜ਼ਾ ਦੀਆਂ, ਸੋ ਤੁਸੀਂ ਡਿਟੇਲ ਵਿੱਚ ਤਾਂ ਹੀ ਜਾਣ ਸਕੋਗੇ ਜਦ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋਗੇ, ਜਾਂ ਫਿਰ ਤੁਸੀਂ ਆਨਲਾਈਨ ਵੀ ਆਪਣੇ ਡਾਕੂਮੈਂਟਸ ਭੇਜ ਕੇ ਅਸੈਸਮੈਂਟ ਕਰਵਾ ਸਕਦੇ ਹੋ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਕਿਹੜੇ ਵੀਜ਼ਾ ਲਈ ਤੁਸੀਂ ਐਲੀਜੀਬਲ ਹੋ। ਅੱਗੋਂ ਗੱਲ ਕਰੀਏ ਤਾਂ ਅਗਰ ਅਸੀਂ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਦੀ ਤਾਂ ਗੱਲ ਕਰ ਲੈਂਦੇ, ਪਰ ਸਾਡੇ ਕੋਲ ਕਈ ਐਸੇ ਸਟੂਡੈਂਟਸ ਦਾ ਸਵਾਲ ਆਉਂਦਾ, ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਸਟੱਡੀ ਵੀਜ਼ਾ ਤਾਂ ਲੱਗ ਜਾਂਦਾ ਲੇਕਿਨ PR ਵਿੱਚ ਆ ਕੇ ਬਹੁਤ ਸਾਰੀ ਦਿੱਕਤ ਆਸਟ੍ਰੇਲੀਆ ਵਿੱਚ ਫੇਸ ਕਰਨੀ ਪੈਂਦੀ ਹੈ, ਤੇ ਜਿਸ ਕਰਕੇ ਸਟੂਡੈਂਟ ਆਸਟ੍ਰੇਲੀਆ ਅਪਲਾਈ ਕਰਨ ਵੇਲੇ 2 ਵਾਰੀ ਸੋਚਦਾ ਜ਼ਰੂਰ ਹੈ ਕਿ ਕੱਲ ਨੂੰ PR ਸਾਡੀ ਹੋ ਸਕੇਗੀ ਕਿ ਨਹੀਂ। ਜੀ, ਇਹ ਚੀਜ਼ਾਂ ਨਾ ਆਪਾਂ ਰੋਜ਼ ਦੇਖ ਰਹੇ ਹਾਂ ਤੇ ਬਹੁਤ ਸਾਲਾਂ ਤੋਂ ਦੇਖਦੇ ਆ ਰਹੇ। ਸਾਡੇ ਇਹੋ ਜਿਹੇ ਵੀ ਕਲਾਇੰਟ ਨੇ ਜਾਂ ਇਹੋ ਜਿਹੇ ਵੀ ਨਵੇਂ ਆ ਕੇ ਸਾਨੂੰ ਲੋਕ ਮਿਲਦੇ ਨੇ ਜਿਹੜੇ ਪਿਛਲੇ 10 ਸਾਲਾਂ ਤੋਂ ਇੱਥੇ ਨੇ, ਪਰ ਉਹ 10 ਸਾਲਾਂ ਦੇ ਵਿੱਚ ਕੀ ਕੀਤਾ? 10 ਸਾਲਾਂ ਦੇ ਵਿੱਚ ਉਹਨਾਂ ਨੇ 6 ਕਾਲਜ ਚੇਂਜ ਕੀਤੇ, ਪੜ੍ਹਾਈ ਦੇ ਨਾਮ ਤੇ ਉਹਨਾਂ ਨੇ ਕੁਝ ਨਹੀਂ ਕੀਤਾ, ਪੈਸੇ ਦੇ ਨਾਮ ਤੇ ਹਾਂਜੀ ਉਹਨਾਂ ਨੇ ਬਹੁਤ ਕੰਮ ਕੀਤਾ ਜੀ, ਬਹੁਤ ਪੈਸੇ ਕਮਾਏ ਆ, ਬਿਕੋਜ਼ ਉਹ ਉਹਨਾਂ ਦਾ ਮੋਟਿਵ ਰਿਹਾ। ਜਦੋਂ ਸਟੂਡੈਂਟ ਇੱਥੇ ਆਪਣਾ ਮੋਟਿਵ ਕਲੀਅਰ ਕਰਕੇ ਆਏਗਾ ਨਾ ਕਿ ਮੇਰਾ ਮੋਟਿਵ ਪੜ੍ਹਾਈ ਕਰਨਾ ਤੇ ਪੜ੍ਹਾਈ ਕਰਕੇ PR ਲੈਣਾ ਹੈ, ਜਾਂ ਮੇਰਾ ਮੋਟਿਵ ਸ਼ੋਰਟ ਟਰਮ ਹੈ ਕਿ ਇੱਕ ਜ਼ਿਆਦਾ ਘੰਟੇ ਲਗਾ ਕੇ ਐਕਸਟਰਾ ਪੈਸੇ ਕਮਾਉਣਾ ਹੈ। ਜਦੋਂ ਤੁਹਾਡਾ ਇਹ ਮੋਟਿਵ ਕਲੀਅਰ ਹੋਏਗਾ ਉਦੋਂ ਹੀ PR ਬਣੇਗੀ। PR ਲਈ ਇੱਕ ਪਲੈਨਿੰਗ ਦੀ ਲੋੜ ਹੈ, PR ਲਈ ਤੁਹਾਨੂੰ ਕੰਫਰਟ ਜ਼ੋਨ ਤੋਂ ਨਿਕਲਣਾ ਬਹੁਤ ਇੰਪੋਰਟੈਂਟ ਹੈ, PR ਲਈ ਆਪਣੀ ਫੀਲਡ ਦੇ ਵਿੱਚ ਕੰਮ ਕਰਨਾ ਬਹੁਤ ਇੰਪੋਰਟੈਂਟ ਹੈ। 3 ਚੀਜ਼ਾਂ ਹੈ ਜਿਹੜੀ ਆਸਟ੍ਰੇਲੀਆ ਦੀ PR ਗਰੰਟੀ ਕਰਦੀਆਂ। ਤੁਸੀਂ ਕਿਹੜਾ ਕੋਰਸ ਕਰ ਰਹੇ ਹੋ, ਤੁਸੀਂ ਕਿੱਥੇ ਰਹਿ ਰਹੇ ਹੋ, ਮੈਟਰੋਪੋਲੀਟਨ ਰਹਿ ਰਹੇ ਹੋ ਜਾਂ ਤੁਸੀਂ ਰੀਜਨਲ ਚ ਰਹਿ ਰਹੇ ਹੋ। 3, ਤੁਸੀਂ ਆਪਣੀ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਜਾਂ ਨਹੀਂ ਕਰ ਰਹੇ। ਜੇ ਤੁਸੀਂ IT ਕਰਨ ਆਏ ਹੋ, ਚਲਾ ਤੁਸੀਂ ਟੈਕਸੀ ਰਹੇ ਹੋ ਜਾਂ ਐਜ਼ ਅ ਸ਼ੈਫ ਕੰਮ ਕਰ ਰਹੇ ਹੋ, ਇਟ ਡਸ ਨਾਟ ਹੈਲਪ। ਤੋ ਆਪਣੀ ਫੀਲਡ ਦੇ ਵਿੱਚ ਕੰਮ ਕਰਨਾ ਬਹੁਤ ਇੰਪੋਰਟੈਂਟ ਹੈ, ਵੇਅਰ ਐਜ਼ ਆਸਟ੍ਰੇਲੀਆ ਦੇ ਵਿੱਚ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਚਲੇ ਜਾਓ, ਤੁਹਾਡਾ ਪੇ ਸਟਰਕਚਰ ਮਿਨੀਮਮ ਤੇ ਮਿਨੀਮਮ $25 ਇੱਕ ਘੰਟੇ ਤੋਂ ਸ਼ੁਰੂ ਹੁੰਦਾ ਹੀ ਹੁੰਦਾ। ਇਹ ਸਾਰੀਆਂ ਚੀਜ਼ਾਂ ਜੀ ਬਿਲਕੁਲ, ਯਾਨੀ ਇਹੀ ਚੀਜ਼ਾਂ ਧਿਆਨ ਰੱਖਣ ਵਾਲੀ ਹੁੰਦੀ ਹੈ। ਗੱਲ ਉੱਥੇ ਹੀ ਆ ਜਾਂਦੀ ਹੈ ਕਿ ਜਦੋਂ ਸਟੂਡੈਂਟਸ ਖੁਦ ਪਹਿਲਾਂ ਗਲਤੀਆਂ ਕਰਦੇ ਰਹਿੰਦੇ ਨੇ, ਉਸ ਤੋਂ ਬਾਅਦ ਜੋ ਹੈ ਕੰਸਲਟੈਂਟ ਨੂੰ ਬਲੇਮ ਕਰ ਦਿੰਦੇ ਨੇ ਜਾਂ ਕੰਟਰੀ ਨੂੰ ਬਲੇਮ ਕਰ ਦਿੰਦੇ ਨੇ ਕਿ ਵੀ ਇੱਥੇ PR ਨਹੀਂ ਹੋ ਪਾਉਂਦੀ। ਸੋ ਸ਼ੁਰੂ ਤੋਂ ਹੀ ਅਗਰ ਸਟੈਪ ਬਾਏ ਸਟੈਪ ਸਟੂਡੈਂਟ ਸਹੀ ਤਰੀਕੇ ਨਾਲ ਚੱਲਦੇ ਨੇ ਆਪਣੇ ਕੋਰਸ, ਜਿਵੇਂ ਕਿ ਤੁਸੀਂ ਜੋ ਗੱਲਾਂ ਕਹੀਆਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਚੱਲਦੇ, ਯਾਨੀ ਉਹਨਾਂ ਨੂੰ PR ਦੀ ਆਸਟ੍ਰੇਲੀਆ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਫਿਰ। ਬਿਲਕੁਲ, ਜੇ ਇਸ ਸਾਲ ਦੀ ਗੱਲ ਕਰੀਏ, ਕਮਿੰਗ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ, ਐਸ ਕੰਪੇਅਰ ਟੂ ਲਾਸਟ 2 ਫਾਈਨੈਂਸ਼ੀਅਲ ਈਅਰ ਡਿਊਰਿੰਗ ਕੋਵਿਡ, ਇਸ ਸਾਲ ਕਮਿੰਗ ਫਾਈਨੈਂਸ਼ੀਅਲ ਈਅਰ ਦੇ ਵਿੱਚ 3 ਗੁਣਾ ਵਾਧਾ ਹੋਇਆ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ। ਸਕਿਲਡ ਮਾਈਗ੍ਰੇਸ਼ਨ ਇਹ ਹੈ ਜਿਹੜਾ ਕਿ ਸਟੂਡੈਂਟ ਜਦੋਂ ਇੱਥੇ ਆਉਂਦਾ ਆਪਣੀ ਪੜ੍ਹਾਈ ਕਰਨ ਤੋਂ ਬਾਅਦ, ਇੱਕ ਸਕਿੱਲ ਅਸੈਸਮੈਂਟ ਕਰਾਉਣ ਤੋਂ ਬਾਅਦ ਇਸ ਪਾਥਵੇ ਦੇ ਥਰੂ PR ਲੈਂਦਾ, ਇਹ ਉਹ ਪਾਥਵੇ ਹੈ। ਇਹੀ ਸਭ ਤੋਂ ਵੱਡਾ ਸਾਡਾ ਕਿ ਜਿਹੜਾ ਆਪਾਂ ਇੰਡੀਆ ਆ ਕੇ ਸੈਮੀਨਾਰ ਕਰ ਰਹੇ ਹਾਂ, ਸਟੂਡੈਂਟ ਇੰਡਸਟਰੀ ਨੂੰ ਇਸ ਲਈ ਟਾਰਗੇਟ ਕਰ ਰਹੇ ਹਾਂ। ਬਹੁਤ ਸਾਰੇ ਜਿਹੜੇ ਮਿਥ ਫੈਲੇ ਹੋਏ ਆ ਕਿ ਇਹਨਾਂ ਦਾ ਵੀਜ਼ਾ ਆਉਂਦਾ, ਇਹਨਾਂ ਦਾ ਨਹੀਂ ਆਉਂਦਾ, ਜਾਂ ਆਸਟ੍ਰੇਲੀਆ ਟਾਈਟ ਹੈ। ਇੱਕ ਥੋੜ੍ਹਾ ਜਿਹਾ ਇੱਕ ਸਟੈਪ ਬੈਕ ਲੈ ਕੇ ਤੁਹਾਨੂੰ ਇੱਕ ਹੋਰ ਜੇ ਜਾਣਕਾਰੀ ਦੇਵਾਂ ਕਿ ਕਿਉਂ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਦਾ ਬੂਮ ਵਾਪਿਸ ਆਉਣ ਵਾਲਾ। ਉਹਦਾ ਸਭ ਤੋਂ ਵੱਡਾ ਰੀਜ਼ਨ 2019 ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਚਾਈਨਾ ਤੋਂ ਆਇਆ ਸੀਗਾ, ਤੇ ਨਿਊਜ਼ ਦੇ ਵਿੱਚ ਜਾਂ ਹਰ ਪਾਸੇ ਵੈਰੀ ਕਲੀਅਰ ਹੈਗਾ ਕਿ ਆਸਟ੍ਰੇਲੀਆ ਤੇ ਚਾਈਨਾ ਦੇ ਰਿਲੇਸ਼ਨ ਬਹੁਤ ਖਰੇ ਨਹੀਂ ਚੱਲ ਰਹੇ। ਜਿਹੜਾ ਇਹਨਾਂ ਦੀ ਇੰਪੋਰਟ ਐਕਸਪੋਰਟ ਹੈ ਵਾਈਨ ਨੂੰ ਲੈ ਕੇ, ਕੋਲ ਨੂੰ ਲੈ ਕੇ, ਆਇਰਨ ਓਰ ਨੂੰ ਲੈ ਕੇ, ਉਹ ਬਹੁਤ ਜ਼ਿਆਦਾ ਇੰਪੈਕਟ ਹੋਈ ਹੈ, ਤੇ ਇੰਟਰਨੈਸ਼ਨਲ ਸਟੂਡੈਂਟ ਦੀ ਮਾਰਕੀਟ ਵੀ ਇੰਪੈਕਟ ਹੋਈ ਹੈ। ਜੇ ਇੰਡੀਆ ਆਸਟ੍ਰੇਲੀਆ ਨੂੰ ਦੂਜੇ ਨੰਬਰ ਤੋਂ ਸਭ ਤੋਂ ਜ਼ਿਆਦਾ ਸਟੂਡੈਂਟ ਸਪਲਾਈ ਕਰਨ ਵਾਲਾ ਦੇਸ਼ ਹੈ, ਉਹ ਹੈਗਾ ਇੰਡੀਆ। ਇਸ ਲਈ ਬਹੁਤ
है इंडिया इंडियन मार्केट ऑस्ट्रेलिया ले उन्नी ही इंपॉर्टेंट है जिन्ना कि साडे इंडियंस ले ऑस्ट्रेलियन मार्केट इंपॉर्टेंट है, तो जी इसलिए जी जो जी तुसी सही डायरेक्शन दे विच टारगेट करदे हो, सही प्रोफाइल लैके सही कोर्स चूज करते हो, जीटीई स्टेटमेंट नू सही स्पेसिफाई करते हो कि रीजनस ने थोड़े ऑस्ट्रेलिया आने के, ता ही तुसी इस चीज लिए सक्सेसफुल हो गए हो। एक चीज होर क्लियर करना, स्टूडेंट वीजा अप्लाई करना साडा मोटिव नहीं होंदा, साडा मोटिव स्टूडेंट वीजा लैके आना है। ठीक है, जे बिल्कुल गूगल जी इंटरनेट तो पढ़ के या किसी सोशल मीडिया तो पढ़ के कोई स्टूडेंट वीजा अप्लाई कर सकता है ते लै सकता है ते गनीमत है। ठीक है, बट ये 100 विचों ज्यादा 5 ले लन, 2 ले लन, 3 ले लन। ओम जी ग्लोबल जी दी जी टीम जो स्टूडेंट वीजा ते काम करती है, किसी भी वीजा ते काम करती है, वो वीजे दे क्राइटेरिया दे अकॉर्डिंग काम करती है, उस लेजिस्लेशन रेगुलेशंस दे अकॉर्डिंगली काम करती है कि की रिक्वायरमेंट है, ओदे अकॉर्डिंगली थोड़ी फाइल असेस होके अप्लाई होती है। जी 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 बिल्कुल, क्योंकि वाकई बिल्कुल सही तुसी गल कही, और सही कंसल्टेंट हमेशा ही सलाह देगा कि जिथे जिस प्रोफाइल दी एलिजिबिलिटी है उत्थे ही अप्लाई करना चाहिए है, क्योंकि स्टूडेंट्स ज्यादातर रिस्क लैण लई तैयार हो जाते हैं, लेकिन रिस्क लैण तो बाद जो कहते हैं कि साडा टाइम वेस्ट होया, साडे पैसे वेस्ट हो गए। सो बहुत जरूरी, शो के जरिए ही कहना चाहते हैं कि तुसी अपनी एलिजिबिलिटी वेखन तो बाद ही वीजा लई अप्लाई करया करो। बाकी लगातार नंबर भी डिस्प्ले हो रहा, अपने दर्शकों को कहना चाहवांगे कि तुसी नंबर ते कॉल करके ओम ग्लोबल दी टीम दे नाल रابطہ कायम कर सकते हो। चाहे कि तुसी सेमिनार बारे कुछ होर डिटेल्स जानना चाहते हो तो उसके बारे भी डिटेल पूछ सकते हो। बाकी स्क्रॉल दे विच भी डिटेल बारे पूरी जानकारी तुहानू मिल रही है, तुसी वेख सकते हो कि केड़ी जगह तुसी कदों पहुंच सकते हो। बाकी जलंधर, अमृतसर, बठिंडा ते चंडीगढ़ विच इन्हां दे ऑफिस ने, जिथे तुहानू नेड़े लगे कभी भी अपने डॉक्यूमेंट्स लैके जरूर विजिट करो। गल आपां चलो आस्ट्रेलिया दी डिटेल विच कर रहे हैं, पर नाल दी नाल इक सवाल ये आ जांदा है कि हुण प्रोसेसिंग टाइम बहुत ज्यादा चल रहा है, स्टूडेंट्स ने मन विच भी डाउट रहिंदा है कि असीं अप्लाई करदे हां तां सानूं होर नाल नाल किन्नी क थां ते अप्लाई होर कर लेना चाहिए, ताकि एक थां तो अगर गल नहीं बनती तां दूसरे पासे फाइल लगी दा फायदा हो जाए। जी इहदे च देखो दो चीजां, तुसीं पहली चीज मेंशन कीती कि स्टूडेंट रिस्क लैंदा, स्टूडेंट रिस्क क्यों जी लैंदा, स्टूडेंट उस एजेंट दे कोल जांदा है जिहदे कोल सही रस्ता नहीं हैगा, उस स्टूडेंट नूं बिल्कुल ऑप्शन भी रिस्क वाली दिंदा है। जद सही रस्ता, सही पाथवे, सही कोर्स सिलेक्शन ते सही इंस्टीट्यूट दे विच आप अप्लाई कर रहे हैं, देयर इज नो रीजन फॉर रिस्क बिकॉज़ साडी जी एप्लीकेशन जी स्ट्रेट फॉरवर्ड अप्लाई होती। इन टर्म्स जी ऑफ जी टाइम बहुत ज्यादा बैकलॉग चल रहा सी डिपार्टमेंट दे कोल, इस लई ऑलमोस्ट कह लो कि विच कजे 3 हफ्ते लई प्रोसेसिंग ना वर्गी हुई है। ते इस करंट जी टाइम हायर एजुकेशन या किसी लेवल 1 दी यूनिवर्सिटी दी गल करिए, ऑलमोस्ट 2 महीनों दे विच रिजल्ट आ रहे। ठीक है, जी दो जी ऑप्शन या बैकअप ऑप्शन ओहो लेके चलदा जिन्नू पता है कि उन्हां दी पहली ऑप्शन रिस्क वाली है, ये ना ओके जी सिनारियोज दे विच एजेंट सेकंड ऑप्शन या बैकअप ऑप्शन या दूजी जगह होर अप्लाई कर दो। दूजी जगह तुसी उदों अप्लाई कर दो जदों तुसी अनश्योर हो कि थोड़ी पहली ट्राई चलनी है कि नहीं चलनी। जी वो कर रहे हैं कि ट्राई कर रहे हैं ना एप्लीकेशंस ते कि हां जी आप इत्थे ट्राई कर लेने, जे नहीं चली ते ट्राई आ रही जी करते हैं। दूजी। स्टूडेंट नु लगदा है कि उनां दी वक वक थां ते अप्लाई करके उनां दे चांसेस वधदे ने, उनां दे चांसेस बल्कि घटदे ने जदों अलग अलग जगह ते अप्लाई कीता जांदा, क्योंकि जेड़े जी सिस्टम दे विच इनां दी सीओईज निकलदी उते सारी विजिबिलिटी डिपार्टमेंट नु हुंदी कि केड़े केड़े कोर्स च तुसी अप्लाई करदे हो, केड़े केड़े एजेंट दे थ्रू अप्लाई करदे हो ते केड़ी केड़ी सीओईज तुहाडी निकलदी, इसलिए बहुत ओके इंपॉर्टेंट जी है सही दिशा दे विच जाना। जे तुसी सही डायरेक्शन दे विच अप्लाई कर रहे हो तुहानू मल्टीपल जगह ते अप्लाई करन दी लोड़ ही नहीं पएगी। जी 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 बिल्कुल सही कहा तुसी। तो इतने मैं चाहूंगी कि उन्होंने दर्शकों नू, खास तौर से स्टूडेंट्स नू, ये भी जानकारी क्लियर करिए कि की एलिजिबिलिटी है, किस तरह की प्रोफाइल नू ऑस्ट्रेलिया लिए अप्लाई करना चाहिए है, कि वो समझन के यस अप्लाई कर रहे हैं तो उन्होंने स्टडी वीजा भी लगेगा, कोई डाउट वाली गल नहीं है। एलिजिबिलिटी बारे थोड़ा क्लियर कर देना, चाहे आयल्स की आप गल करिए, चाहे गैप की गल कर लीए, चाहे कि उन्होंने क्वालिफिकेशन की गल कर लीए। जी देखो जी, ऑस्ट्रेलिया हमेशा तो ही जीटीई क्राइटेरिया, जेन्युइन टेंपरेरी एंटरेंट क्राइटेरिया ऑस्ट्रेलिया दे विच लागू होंदा है, कोई नवी चीज नहीं है, कोई हवा नहीं हैगा कि जीटीई लग गया, जीटी दे बेसिस ते मेरी क्लियर नहीं हुई, मैं जीटी नहीं मीट कीता। हो सकता है मेरे लिए एक स्टूडेंट जेन्युइन टेंपरेरी एंटरेंट है, हो सकता है थोड़े लिए नहीं है, यही चीज डिफरेंट केस ऑफिसर्स लिए चलती है। ओम जी ग्लोबल जी जो तुहाडी एप्लीकेशन अप्लाई करदा स्टूडेंट वीजे दी, ओदे नाल एक सबमिशन भी जांदी है ओम ग्लोबल वालों, जिदे विच ए क्लैरिफाई होंदा कि क्यों ए स्टूडेंट जीटीई क्राइटेरिया मीट करदा है, केड़े क्लॉज ने ओके जीटीई क्राइटेरिया दे, ओ क्लॉज किदां मीट करदा है,
ਇਹ ਸਭ ਤੋਂ ਇੰਪੋਰਟੈਂਟ ਓਕੇ ਚੀਜ਼ ਹੈ। ਈਵਨ ਦੋ ਆਸਟ੍ਰੇਲੀਆ ਇਹੋ ਜਿਹੀ ਕੰਟਰੀ ਹੈ ਜਿਹੜੀ ਕਹਿੰਦੀ ਹੈ ਕਿ ਤੁਸੀਂ ਇੱਥੇ ਟੈਂਪਰੇਰੀ ਜੇ ਸਟੂਡੈਂਟ ਆਉਂਦੇ ਹੋ ਤੁਸੀਂ ਵਾਪਸ ਜਾਣਾ ਹੈ, ਵੇਅਰ ਐਜ਼ ਆਸਟ੍ਰੇਲੀਆ ਨੇ ਹੀ ਪੀਆਰ ਦੇ ਪਾਥਵੇ ਬਣਾਏ ਹੋਏ ਹੈ ਕਿ ਪੜ੍ਹਨ ਤੋਂ ਬਾਅਦ ਤੁਹਾਨੂੰ 3 ਸਾਲ ਦੀ ਜਾਂ 2 ਸਾਲ ਦੀ ਟੈਂਪਰੇਰੀ ਰੈਜ਼ੀਡੈਂਸੀ ਜਾਂ ਵਰਕ ਪਰਮਿਟ ਮਿਲਦਾ। ਠੀਕ ਹੈ, ਜੀ ਐਂਡ ਜੀ ਆਫ ਜੀ ਤੁਹਾਡੇ ਲਈ ਇੰਪੋਰਟੈਂਟ ਹੈ ਕਿ ਕੇਸ ਆਫੀਸਰ ਨੂੰ ਇਹ ਤੁਹਾਡਾ ਕੇਸ ਕਿੱਦਾਂ ਰਿਪ੍ਰੈਜ਼ੈਂਟ ਕੀਤਾ ਜਾਵੇ। ਜੇ ਕੋਈ 8 ਪੇਜਾਂ ਦੀ SOP ਬਣਾ ਕੇ ਕੇਸ ਆਫੀਸਰ ਨੂੰ ਭੇਜਦਾ, ਜਿੰਨਾ ਉਹਨਾਂ ਕੋਲ ਵਰਕਲੋਡ ਹੈ ਜਾਂ ਜਿੰਨਾ ਉਹਨਾਂ ਕੋਲ ਬੈਕਲੌਗ ਹੈ, ਕੀ ਉਹ ਤੁਹਾਡੀ 8 ਪੇਜਾਂ ਦੀ SOP ਪੜ੍ਹਨਗੇ? ਨਹੀਂ, ਉਹ ਵਾਲੀ SOP ਬਿਲਕੁਲ ਪੜ੍ਹਨਗੇ, ਉਹ ਸਬਮਿਸ਼ਨ ਪੜ੍ਹਨਗੇ ਜਿਹਦੇ ਵਿੱਚ ਟੂ ਦਾ ਪੁਆਇੰਟ ਡਿਪਾਰਟਮੈਂਟ ਨੂੰ ਕਲੀਅਰ ਕੀਤਾ ਜਾਂਦਾ ਹੈ ਕਿ ਕਿਉਂ ਆਪਾਂ ਇਹ ਕੋਰਸ ਚੂਜ਼ ਕਰ ਰਹੇ ਹਾਂ, ਕਿਉਂ ਇਸ ਇੰਸਟੀਟਿਊਟ 'ਚ ਜਾ ਰਹੇ ਹਾਂ, ਕਿਉਂ ਇਹ ਕੰਟਰੀ 'ਚ ਜਾ ਰਹੇ ਹਾਂ, ਜਾਂ ਕੀ ਸਾਡੀ ਬੈਕ। ਜੇ ਜੀ ਜੀ ਤੁਹਾਡੀ ਜੀ ਵਿੱਚ ਕੋਈ ਗੈਪ ਹੈ 2 ਸਾਲ ਦਾ 3 ਸਾਲ ਦਾ, ਆਲ ਯੂ ਨੀਡ ਟੂ ਡੂ ਇਜ਼ ਜਸਟੀਫਾਈ ਕਿ ਉਸ ਗੈਪ ਦੇ ਵਿੱਚ ਤੁਸੀਂ ਕੀਤਾ ਕੀ ਹੈ ਆਪਣੀ ਫੀਲਡ ਦੇ ਵਿੱਚ। ਇੱਕ ਸਟੂਡੈਂਟ 12th ਪਾਸ ਆਊਟ ਹੈ, ਬੈਚਲਰਸ ਕਰਨ ਤੋਂ ਪਹਿਲਾਂ ਉਹ ਆਪਣੀ ਫੀਲਡ ਦੇ ਵਿੱਚ ਐਕਸਪੀਰੀਅੰਸ ਲੈਂਦਾ, ਉਹਦੇ ਤੋਂ ਬਾਅਦ ਉਹ ਬੈਚਲਰਸ ਜਾਣਾ ਚਾਹੁੰਦਾ ਹੈ। ਦੈਟ ਇਜ਼ ਅ ਕਲੀਅਰ ਪਾਥਵੇ ਐਸ ਲੋਂਗ ਐਸ ਯੂ ਕੈਨ ਜਸਟੀਫਾਈ ਟੂ ਦ ਡਿਪਾਰਟਮੈਂਟ ਕਿ ਕਿਉਂ ਤੁਸੀਂ ਹੁਣ ਪੜ੍ਹਨਾ ਚਾਹੁੰਦੇ ਹੋ, ਉਹ ਵੀ ਆਸਟ੍ਰੇਲੀਆ ਜਾ ਕੇ ਪੜ੍ਹਨਾ ਚਾਹੁੰਦੇ। ਜੀ ਬਾਡੀਜ਼ ਦੀ ਵੀ ਗੱਲ ਕਰੀਏ ਤੇ ਬਹੁਤ ਸਾਰੀ ਅਸੈਸਿੰਗ ਬਾਡੀਜ਼ ਇਹੋ ਜਿਹੀਆਂ ਜਿਹੜੀਆਂ ਤੁਹਾਡੀਆਂ ਪਾਸਟ ਐਕਸਪੀਰੀਅੰਸ ਨੂੰ ਵੀ ਕਾਊਂਟ ਕਰਦੀਆਂ, ਤੁਹਾਨੂੰ ਸਕਿੱਲ ਅਸੈਸਮੈਂਟ ਕਰਨ ਲਈ ਕਿ ਜਿਹੜੀ ਤੁਸੀਂ ਪੜ੍ਹਾਈ ਕੀਤੀ ਉਹਦੇ 'ਚ ਤੁਹਾਨੂੰ ਇੱਕ ਟਾਈਟਲ ਦੇਣ ਲਈ ਕਿ ਹਾਂਜੀ ਹੁਣ ਤੁਸੀਂ ਅਕਾਊਂਟੈਂਟ ਹੋ, ਇੱਕ ਸੋਫਟਵੇਅਰ ਇੰਜੀਨੀਅਰ ਹੋ। ਤੇ ਇੱਕ ਮੈਥਡ ਹੈ ਜਿਹੜਾ ਚੱਲਦਾ, ਜਿਹੜਾ ਸਮਝਣਾ ਬਹੁਤ ਇੰਪੋਰਟੈਂਟ ਹੈ ਸਟੂਡੈਂਟਸ ਨੂੰ। ਜੀ 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 ਬਿਲਕੁਲ ਸੋ ਹੀ ਗੱਲ ਹੈ ਕਿ ਦਰਸ਼ਕ ਜਿਵੇਂ ਕਿ ਸਾਡੇ ਸ਼ੋਅ ਵਿੱਚ ਸਾਰੀ ਗੱਲਾਂ ਇਹ ਚਰਚਾ ਸੁਣ ਰਹੇ ਨੇ ਤਾਂ ਓਬਵੀਅਸ ਹੈ ਉਹਨਾਂ ਨੂੰ ਸਮਝ ਆ ਰਹੀ ਹੋਏਗੀ ਕਿ ਇੱਕ ਮਾਹਿਰ ਕੰਸਲਟੈਂਟ ਹੀ ਇੰਨਾ ਡੀਪ ਜਾ ਕੇ ਹਰ ਇੱਕ ਚੀਜ਼ ਉੱਪਰ ਨਜ਼ਰ ਰੱਖਦੇ ਹੋਏ ਸਹੀ ਤਰੀਕੇ ਨਾਲ ਤੁਹਾਡੀ ਜੋ ਹੈ ਫਾਈਲ ਦੇ ਉੱਪਰ ਕੰਮ ਕਰ ਸਕਦਾ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਬੈਨੀਫਿਟ ਮਿਲੇ, ਕਿਤੇ ਵੀ ਕੋਈ ਰਿਫਿਊਜ਼ਲ ਦਾ ਚਾਂਸ ਨਾ ਰਹੇ। ਤੇ ਇੱਥੇ ਰਿਫਿਊਜ਼ਲ ਦੀ ਜਦ ਮੈਂ ਗੱਲ ਕਰ ਰਹੀ ਹਾਂ ਤਾਂ ਸਵਾਲ ਸਾਡੇ ਕੋਲ ਇਹ ਵੀ ਆਉਂਦਾ ਕਿ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਵੱਧਦਾ ਦਿਖ ਰਿਹਾ ਆਸਟ੍ਰੇਲੀਆ ਦੇ ਲਈ, ਤਾਂ ਕੀ ਰੀਜ਼ਨਸ? ਆਪਾਂ ਇੱਕ ਰੀਜ਼ਨ ਮੰਨ ਲੈਂਦੇ ਹਾਂ ਕਿ ਫੇਕ ਡਾਕੂਮੈਂਟਸ ਜੋ ਹੈ ਸਟੂਡੈਂਟਸ ਲਗਾ ਰਹੇ ਨੇ, ਕਿਉਂਕਿ ਉਸਨੂੰ ਲੈ ਕੇ ਅਸੀਂ ਵੇਖਿਆ ਕਿ ਆਸਟ੍ਰੇਲੀਆ ਹਰਿਆਣਾ ਬੋਰਡ ਜਾਂ ਪੰਜਾਬ ਬੋਰਡ ਨੂੰ ਲੈ ਕੇ ਸਟ੍ਰਿਕਟ ਹੁੰਦਾ ਵੀ ਦਿਖ ਰਿਹਾ, ਪਰ ਜਿਹੜੇ ਸਟੂਡੈਂਟਸ ਇਹ ਸਵਾਲ ਕਰਦੇ ਨੇ ਕਿ ਰਿਫਿਊਜ਼ਲ ਆਖਿਰ ਕਿਉਂ ਵੱਧ ਰਿਹਾ ਆਸਟ੍ਰੇਲੀਆ ਵਿੱਚ, ਤੇ ਉਸੇ ਨੂੰ ਲੈ ਕੇ ਨਰਵਸ ਵੀ ਹੋ ਜਾਂਦੇ ਨੇ ਕਿ ਆਪਾਂ ਅਪਲਾਈ ਕਰੀਏ ਨਾ ਕਰੀਏ, ਡਾਊਟ ਆ ਜਾਂਦਾ ਦਿਮਾਗ ਦੇ ਵਿੱਚ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਰਿਫਿਊਜ਼ਲਸ ਤੋਂ ਕਿੰਨਾ ਕੁ ਡਰਨਾ ਚਾਹੀਦਾ ਆਸਟ੍ਰੇਲੀਆ ਅਪਲਾਈ ਕਰਨ ਵੇਲੇ? ਦੇਖੋ, ਰਿਫਿਊਜ਼ਲਸ ਤੋਂ ਤਾਂ ਡਰਨਾ ਚਾਹੀਦਾ ਜਦੋਂ ਤੁਸੀਂ ਆਪਣੀ ਰਿਸਰਚ ਨਹੀਂ ਕੀਤੀ ਤੇ ਤੁਸੀਂ ਏਜੰਟ ਦੇ ਹੱਥ ਜਾ ਕੇ ਸਿਰਫ ਆਪਣੇ ਪਾਸਪੋਰਟ ਤੇ ਅਕੈਡੈਮਿਕਸ ਪੜਾਏ ਹੈ। ਰਿਫਿਊਜ਼ਲ ਤੋਂ ਉਦੋਂ ਤੁਹਾਨੂੰ ਡਰਨਾ ਚਾਹੀਦਾ ਜਦੋਂ ਤੁਹਾਡਾ ਏਜੰਟ 100% ਗਰੰਟੀ ਲੈਂਦਾ ਤੁਹਾਡੇ ਵੀਜ਼ੇ ਦੀ। ਇਹ ਚੀਜ਼ ਮੈਂ ਡੇ 1 ਤੋਂ ਕਹਿੰਦਾ ਆਪਣੇ ਸਾਰੇ ਕਲਾਇੰਟਸ ਨੂੰ, ਆਸਟ੍ਰੇਲੀਆ ਦੇ ਵਿੱਚ ਵੀ ਕਹਿੰਦਾ, ਵੀਜ਼ੇ ਦੀ ਗਰੰਟੀ 100% ਜਾਂ ਰੱਬ ਲੈ ਸਕਦਾ ਜਾਂ ਠੱਗ ਲੈ ਸਕਦਾ। ਹੋਮ ਗਲੋਬਲ ਕਦੇ ਵੀ 100% ਵੀਜ਼ੇ ਦੀ ਗਰੰਟੀ ਨਹੀਂ ਦਿੰਦਾ। ਕੀ ਆਪਾਂ ਗਰੰਟੀ ਦਿੰਦੇ ਹਾਂ ਕਿ ਜਿਹੜੀ ਕ੍ਰਾਈਟੀਰੀਆ ਸੈੱਟ ਹੋਇਆ ਸਟੂਡੈਂਟ ਵੀਜ਼ਾ ਦਾ ਜਾਂ ਕਿਸੇ ਵੀ ਰੈਲੇਵੈਂਟ ਵੀਜ਼ਾ ਦਾ, ਉਸ ਕ੍ਰਾਈਟੀਰੀਆ ਦੇ ਅਕੋਰਡਿੰਗਲੀ ਤੁਹਾਡੀ ਐਪਲੀਕੇਸ਼ਨ ਅਪਲਾਈ ਕੀਤੀ ਜਾਏਗੀ। ਓਮ ਗਲੋਬਲ ਕਿੰਨਾ ਵੱਖ ਹੈ ਬਾਕੀ ਕੰਪਨੀਆਂ ਕੋਲ? ਓਮ ਗਲੋਬਲ ਕੋਲ 15 ਸਾਲ ਦਾ ਐਕਸਪੀਰੀਅੰਸ ਹੈ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਦਾ, ਪਲੱਸ ਓਮ ਗਲੋਬਲ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਇੱਕ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਕੰਮ ਕਰਦੇ ਆ। ਇੱਕ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਬਣਨ ਲਈ ਵੀ ਤੁਹਾਨੂੰ ਮਾਈਗ੍ਰੇਸ਼ਨ ਲਾਅ ਦੀ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ, ਉਹਦੇ ਤੋਂ ਬਾਅਦ ਅੰਡਰਸਟੈਂਡ ਕਰ। ਬਹੁਤ ਸਾਰੇ ਨਵੇਂ ਏਜੰਟਸ ਹੈ ਜਿਹੜੇ ਮਾਰਕੀਟ ਦੇ ਵਿੱਚ ਆਉਂਦੇ ਆ। ਐਜ਼ ਆਈ ਸੈਡ, ਗੂਗਲ ਤੇ ਇਨਫੋਰਮੇਸ਼ਨ ਅਵੇਲੇਬਲ ਹੈ। ਜੇ ਤੁਸੀਂ ਸਿਰਫ ਵੀਜ਼ਾ ਅਪਲਾਈ ਕਰ ਰਹੇ ਹੋ ਬਿਨਾਂ ਕ੍ਰਾਈਟੀਰੀਆ ਜਾਣੇ ਜਾਂ ਬਿਨਾਂ SOP ਨੂੰ ਕਲੈਰੀਫਾਈ ਕੀਤੇ ਕਿ ਕੀ ਰੀਜ਼ਨ ਹੈ ਤੁਹਾਨੂੰ ਸਟੂਡੈਂਟ ਵੀਜ਼ਾ ਮਿਲਣਾ ਚਾਹੀਦਾ, ਜਾਂ ਗਲਤ ਕੋਰਸ ਦੇ ਵਿੱਚ ਅਪਲਾਈ ਹੁੰਦਾ, ਉਦੋਂ ਇਹ ਰਿਫਿਊਜ਼ਲਸ ਬਹੁਤ ਜ਼ਿਆਦਾ ਆਉਂਦੀ। ਤੇ ਇੱਕ ਫਰੋਡਲੈਂਟ ਡਾਕੂਮੈਂਟਸ ਦੀ ਹੋਰ ਇੱਕ ਤੁਹਾਨੂੰ ਗੱਲ ਲੈ ਕੇ ਦੱਸੀਏ ਕਿ ਇਹਦਾ ਸਿਰਫ ਇੰਪੈਕਟ ਇੰਡੀਆ ਦੇ ਵਿੱਚ ਹੀ ਨਹੀਂ ਹੈ। ਜੇ ਤੁਹਾਡਾ ਵੀਜ਼ਾ ਮੰਨ ਲਓ ਆ ਵੀ ਜਾਂਦਾ ਇਹਨਾਂ ਡਾਕੂਮੈਂਟਸ ਦੇ ਉੱਤੇ, ਦੇਰ ਆਰ ਪ੍ਰੋਵੀਜ਼ਨਸ ਤੇ ਡਿਪਾਰਟਮੈਂਟ ਕੋ ਇੰਨੇ ਅਥਾਰਿਟੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਆ ਕੇ ਵੀ ਤੁਹਾਡਾ ਇਹ ਵੀਜ਼ਾ ਕੈਂਸਲ ਹੋ ਸਕਦਾ। ਜੀ, ਤੇ ਬਹੁਤ ਵਧੀਆ ਲੱਗਿਆ ਕਿ ਤੁਸੀਂ ਅੱਜ ਸਾਡੇ ਨਾਲ ਆਸਟ੍ਰੇਲੀਆ ਤੋਂ ਖਾਸ ਤੌਰ ਤੇ ਟਾਈਮ ਕੱਟ ਕੇ ਸਾਡੇ ਸ਼ੋਅ ਨਾਲ ਵਿੱਚ ਜੁੜੇ ਹੋ, ਸਾਡੇ ਦਰਸ਼ਕਾਂ ਨੂੰ ਖਾਸ ਜਾਣਕਾਰੀ ਦਿੱਤੀ, ਹਲਕੇ ਗੱਲਾਂ ਸਵਾਲ ਬਹੁਤ ਸਾਰੀਆਂ। ਚਲੋ ਅਸੀਂ ਨੈਕਸਟ ਸ਼ੋਅ ਵਿੱਚ ਫਿਰ ਜੁੜਾਂਗੇ ਤੁਹਾਡੇ ਨਾਲ ਤੇ ਜਾਣਕਾਰੀ ਹੋਰ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਫਿਲਹਾਲ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸ਼ੋਅ ਵਿੱਚ ਜੁੜਨ ਲਈ, ਤੇ ਦਰਸ਼ਕਾਂ ਤੋਂ ਵੀ ਫਿਲਹਾਲ ਅਲਵਿਦਾ ਲਵਾਂਗੇ ਜੀ, ਤੇ ਅਗਲੇ ਸ਼ੋਅ ਵਿੱਚ ਫਿਰ ਹਾਜ਼ਰ ਹੋਵਾਂਗੇ ਢੇਰ ਸਾਰੀ ਜਾਣਕਾਰੀ ਲੈ ਕੇ। ਤਦ ਤੱਕ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਤੋਂ ਇਜਾਜ਼ਤ, ਧੰਨਵਾਦ।